ਬਸ ਸ਼ਰਧਾ ਦੀ ਲੋੜ ਹੈ, ਸ਼ਰਧਾ ਕੰਮ ਕਰੇਗੀ, ਭਾਵਨਾ ਕੰਮ ਕਰੇਗੀ। ਬਾਬੇ ਆਨੰਦ ਸਿੰਘ ਵਰਗੀ ਭਾਵਨਾ ਰੱਖੋ, ਹਰਿਮੰਦਰ ਸਾਹਿਬ ਦੇ ਜਹਾਜ਼ ਤੇ ਆਖੋ ਸਭ। ਉਹ ਕਹਿੰਦੇ ਸੀ ਪਰਕਰਮਾ ਦੀ ਪਤਾ ਨੀ ਕਿਹੜੀ ਨੁੱਕਰ ਚ ਇੱਕ ਮਿੱਟੀ ਦਾ ਕਿਨਕਾ ਜਿਹਨੂੰ ਚਰਨ ਧੋੜੀ ਕਹਿੰਦੇ, ਉਹ ਵੀ ਤਾਕਤ ਰੱਖ ਕੇ ਬੈਠਾ ਹੋਇਆ ਲੇਖ ਬਦਲਾਉਣ ਦੀ। ਆਖੋ ਸਭ ਏਡਾ ਤਕੜਾ ਜਾ ਕੁਝ ਬਣ ਕੇ ਨਾ ਜਾਏ। ਸੇਵਕ ਸੇਵਕ ਬਣ ਕੇ ਸਭ ਕਾਟੇ ਕੂਟੇ ਵੱਜ ਜਾਂਦੇ ਆ ਲਿਖਾਂ ਤੇ। ਆਖੋ ਸਤਿਨਾਮ। ਐਡਾ ਵੱਡਾ ਸਥਾਨ ਜਹਾਜ ਬਣਾਇਆ, ਇਹ ਗੱਲ ਮੈਨੂੰ ਬੋਲਣੀ ਤੇ ਨਹੀਂ ਚਾਹੀਦੀ ਪਰ ਵਿੱਚ ਆ ਜਾਂਦੀ ਹੈ। ਵਾੜ ਲੱਗੀ ਰਹੇ, ਇਹਨੂੰ 12.5 ਪੌਣੇ 1 ਲੈ ਜਾਂਦੇ ਮਹਾਰਾਜ ਬੇਟੇ ਮੇਰੇ ਨੂੰ ਅੰਤਰ ਪੀਸ ਹੈ। ਮੈਂ ਆਪ ਇੱਕ ਦਿਨ ਸ਼ਹੀਦਾਂ ਜਾਣਾ, ਇੱਕ ਦਿਨ ਦਰਬਾਰ ਸਾਹਿਬ ਵੰਡਿਆ ਪਿਆ ਬਾਬਾ ਜੀ, ਇੱਕ ਦਿਨ ਉੱਧਰ ਇੱਕ ਦਿਨ ਉੱਧਰ ਹਾਜ਼ਰੀ। ਇਹਦੀ ਰਾਤ ਦੀ ਰੂਟੀਨ, ਫਿਰ ਇਹਨੂੰ ਮੈਂ ਨਿੱਕੀ ਜਿਹੀ ਸ਼ੀਸ਼ੀ ਦੇ ਦਿੱਤੀ। ਮੈਂ ਕਿਹਾ ਮੈਂ ਰਾਤੀ ਤੇ ਨਹੀਂ ਜਾਂਦਾ, ਤੂੰ ਅੰਦਰ ਜਿਹੜੀ ਸੇਵਾ ਹੁੰਦੀ ਹੈ ਉਹ 3 ਪਹਿਰੇ ਦੀ ਇਸ਼ਨਾਨ ਦੀ। ਮੈਂ ਕਿਹਾ ਜਿੱਥੋਂ ਪਾਣੀ ਬਾਹਰ ਨਿਕਲਦਾ ਨਾ ਇਹ ਭਰ ਕੇ ਲੈ ਆ ਕਰ, ਅਸੀਂ ਘਰ ਬੈਠੇ ਹੀ ਹਾਜ਼ਰੀ। ਆਖੋ ਸਾਥ। ਹੁਣ ਜਦੋਂ ਸ਼ੀਸ਼ੀ ਇੰਨੀ ਕਹਿੰਦੀ ਹੈ ਨਹੀਂ ਰੋਜ਼, ਕਿਸੇ ਆਮ ਬੰਦੇ ਲਈ ਸ਼ੀਸ਼ੀ ਹੋਏਗੀ? ਬਸ ਭਾਵਨਾ ਰੱਖੋ, ਆਮ ਬੰਦੇ ਲਈ ਜਲ ਹੋਏ। ਹੁਣ ਮੈਂ ਉਦੋਂ 1 ਮਿੰਟ ਸੋਚਦਾ, ਮੈਂ ਕਿਹਾ ਗੁਰੂ ਰਾਮਦਾਸ ਇਹ ਤੇਰੇ ਦਰ ਦੀ ਅੰਦਰ ਧੁਆਈ ਹੋਈ ਹੈ, 3 ਪਹਿਰੇ ਜਿਹੜੀ ਧੁਆਈ ਹੁੰਦੀ ਨਾ ਦੁੱਧ ਨਾਲ। ਮੈਂ ਕਿਹਾ ਜਿੱਥੇ ਸਾਰਾ ਦਿਨ ਸਾਰੀ ਰਾਤ ਬੰਦਗੀ ਚੱਲਦੀ ਹੈ, ਉੱਥੋਂ ਦਾ ਜਲ ਜਿਹੜਾ ਉਹਦੇ ਵਿੱਚ ਹੀ ਕਿੰਨੀ ਵੱਡੀ ਤਾਕਤ ਹੋਏਗੀ। ਆਖੋ ਸਾਧਨਾ। ਦੂਸਰਾ ਮੈਂ ਕਿਹਾ ਜਦੋਂ ਧੁਆਈ ਹੁੰਦੀ ਹੈ ਤੇ ਪਤਾ ਨਹੀਂ ਕਿੰਨਿਆਂ ਦੇ ਪੈਰਾਂ ਨੂੰ ਲੱਗ ਕੇ ਆਉਂਦਾ, ਪੈਰਾਂ ਨੂੰ ਲੱਗ ਕੇ ਆਉਂਦਾ। ਉਸ ਵੇਲੇ ਉਹ 3 ਪਹਿਰੇ ਵੇਲੇ 1 ਵਜੇ ਰਾਤੀ ਜਿਹੜੇ ਅੰਦਰ ਸੇਵਾ 1.25 ਕਰ ਰਹੇ ਹੁੰਦੇ ਨੇ, ਕਿਹੜਾ ਇਸ਼ਨਾਨ ਕਰਕੇ ਜਾਣਾ, ਵਾੜ ਲੱਗੀ ਰਹੇ ਤੇ ਮੈਂ ਕਹਿੰਦਾ ਵੀ ਇੱਕ ਤੇ ਜਿੱਥੇ ਸਾਰਾ ਦਿਨ ਕੀਰਤਨ ਉੱਥੋਂ ਦੀ ਸਾਰਾ ਜਲ ਧੋ, ਦੂਜਾ ਜਿਹੜੀਆਂ ਰੂਹਾਂ 100, 200, 300 ਅੰਦਰ ਸੇਵਾ ਕਰ ਰਿਹਾ,
ਮੈਂ ਕਿਹਾ ਉਹਨਾਂ ਦੇ ਪੈਰਾਂ ਨੂੰ ਵੀ ਲੱਗ ਕੇ ਆਇਆ, ਇਹ ਸ਼ੀਸ਼ੀ ਨਹੀਂ, ਇਹ ਜਲ ਨਹੀਂ, ਇਹ ਪਾਣੀ ਨਹੀਂ, ਕੋਈ ਭਾਵਨਾ ਬਣਾਵੇ ਤੇ ਬੜੀ ਵੱਡੀ ਦਾਤ। ਮੈਂ ਕਿਹਾ ਸੱਚਿਆ ਪਾਤਸ਼ਾਹ ਇਹਨੂੰ ਭਾਵਨਾ ਨਾਲ ਪੀ ਲਈਏ, ਜਿਸ ਜਗ੍ਹਾ ਤੇ ਦੁੱਖ ਚੱਲ ਰਿਹਾ ਉਹਦਾ ਧਿਆਨ ਧਰ ਲਈਏ, ਵੱਡੇ ਵੱਡੇ ਦੁੱਖ ਵੀ ਕੱਟੇ ਜਾਂਦੇ। ਆਖੋ ਸਤਨਾਮ। ਭਾਵਨਾ ਦੀ ਉਹੀ ਮੈਂ ਬਸੀ ਸੀ ਫੜਾ ਤੇ ਮੁਖ ਚ ਪਾ ਲਵਾਂ ਬਈ ਉੱਥੋਂ ਆਇਆ, ਉਹ ਅਸਰ ਨਹੀਂ ਕਰੇ। ਜੇ ਭਾਵਨਾ ਬੜੇ ਨਾ ਜਿੱਥੇ ਸਾਰਾ ਦਿਨ ਕੀਰਤਨ ਲੱਖਾਂ ਦੇ ਚਿਰ, ਉੱਥੋਂ ਦਾ ਇਹ ਜਲ ਫਿਰ ਜਿਹੜੀਆਂ ਰੂਹਾਂ ਸੇਵਾ ਕਰ ਰਹੀ ਉਹਨਾਂ ਦੇ ਪੈਰਾਂ ਨੂੰ ਲੱਗ ਕੇ ਆਇਆ ਹੋਇਆ। ਆਖੋ ਸਾਧਨਾ। ਭਾਵਨਾ ਰੱਖੋ। ਪਤਾ ਨਹੀਂ ਕੌਣ ਸਨ, ਕੀ ਰੱਬ ਹੀ ਸੀ, ਐਡੀਆਂ ਵੱਡੀਆਂ ਜਹਾਜ਼। ਫਿਰ ਮੈਂ ਕਹਿ ਰਿਹਾ ਇੱਕ ਬੰਦਾ ਹੁੰਦਾ ਵੀ ਜਿਵੇਂ ਕਿਸੇ ਨੇ ਕਿਹਾ ਨਾ ਬਾਬਾ ਆਨੰਦ ਸਿੰਘ ਜੀ ਨੂੰ ਕੋਈ ਆਪਣੇ ਵਰਗਾ ਵੀ ਬਣਾਇਆ ਜੇ। ਆਖੋ ਸਾਧਨਾ। ਇੱਕ ਹੁੰਦਾ ਮਹਾਂਪੁਰਸ਼ ਬੰਦਗੀ ਕਰਦਾ, ਬ੍ਰਹਮ ਗਿਆਨੀ ਸੰਤ ਬਣਦਾ। ਕਈ ਇੰਨੀ ਕੁ ਬੰਦਗੀ ਕਰਦੇ ਨੇ ਅੱਗੋਂ ਕਈ ਬ੍ਰਹਮ ਗਿਆਨੀ ਪੈਦਾ ਕਰਦੇ ਨੇ। ਗੁਰੂ ਅਰਜਨ ਦੇਵ ਜੀ, ਇੱਕ ਹੁੰਦਾ ਵੀ ਜਹਾਜ਼ ਨੇ ਆਪ ਇੱਕ ਐਡੇ ਵੱਡੇ ਨੇ, ਅੱਗੋਂ ਇਹੋ ਜਿਹੇ ਜਹਾਜ਼ ਧਰਤੀ ਨੂੰ ਦੇ ਦਿੱਤੇ ਜਿਹੜੇ ਰਹਿੰਦੀ ਦੁਨੀਆਂ ਤੱਕ ਪਾਰ ਉਤਾਰਾ ਕਰਨਗੇ। ਪਹਿਲਾ ਜਹਾਜ਼ ਡਿੱਠੇ ਸਭੇ ਥਾਮ ਨਹੀਂ ਤੁੰਜੇ ਗਿਆ, ਫਤਹੋ ਪੁਰਖ ਮਿਲਾਤੇ ਤਾਂ ਤੂੰ ਸੋਹਿਆ, ਫਸਦੀ ਸਗਲੀ ਅਪਾਰੀਆਂ ਨੂੰ ਬ੍ਰਹਮਕਾ, ਹਰ ਨਾਨਕ ਕਸਮ ਜਾਏ ਨਹੀਂ ਰਵਦਾਸ ਸਾਰੇ। ਕਲ ਯੁਗ ਜਹਾਜ਼ ਅਰਜਨ ਗੁਰ, ਕਲ ਯੁਗ ਜਹਾਜ਼ ਅਰਜਨ ਗੁਰ। ਅੱਜ ਨੂੰ ਮੱਥਾ ਟੇਕ ਕੇ ਬੈਠੇ ਹੋ, ਅੱਜ ਆ ਜੀ ਕਹਿਣਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਉਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਬਾਬਾ ਨਾਨਕ ਸਿੰਘ ਦਾ ਬਚਨ, ਇੱਕ ਖੰਡ ਪਾਠ ਸਾਹਿਬ ਵੀ ਕਿਤੇ ਸ਼ਰਧਾ ਭਾਵਨਾ ਨਾਲ ਕਰਾ ਲੋ। ਇਹੋ ਜਿਹਾ ਨਾ ਕਰਾਇਓ, ਇੱਕ ਕਮਰੇ ਚ ਖੰਡ ਪਾਠ, ਇੱਕ ਕਮਰੇ ਚ ਟੀਵੀ ਤੇ ਪਿਕਚਰ ਲੱਗੀ ਹੋਵੇ। ਆਖੋ ਸਤ। ਕਹਿੰਦੇ ਇਹੋ ਜਿਹਾ ਖੰਡ ਪਾਠ, ਤੁਸੀਂ ਸੱਤ ਮੈਂਬਰ ਹੋ ਪਰਿਵਾਰ ਦੇ, ਪਾਠੀ ਸਿੰਘ ਰੋਲਾਂ ਦੇਣ, ਤੁਸੀਂ ਸੱਤੇ ਇੱਕ ਇੱਕ ਘੰਟਾ ਵਾਰੀ ਵਾਰੀ ਵੰਡ ਆਪਣੀ ਕਰ ਲੋ। ਵਾਹਿਗੁਰੂ ਵਾਹਿਗੁਰੂ ਜਪਦਿਆਂ ਘੰਟਾ ਘੰਟਾ ਚੌਰ ਸਾਹਿਬ ਦੀ ਹਾਜ਼ਰੀ ਲਾਉਣੀ। ਆਖੋ ਸਤਿਨਾਮ।
ਉਧਰੋਂ 48 ਘੰਟੇ ਪਾਠ ਚੱਲੇ, ਉਧਰੋਂ 48 ਘੰਟੇ ਤੇਰੇ ਪਰਿਵਾਰ ਦੇ ਮੈਂਬਰ ਵਾਰੀ ਵਾਰੀ ਵਾਹਿਗੁਰੂ ਵਾਹਿਗੁਰੂ ਜਪਦੇ ਆ, ਚੌਰ ਸਾਹਿਬ ਦੀ ਹਾਜ਼ਰੀ ਭਰਨ। ਜਿਹੜੀ ਮਨਸ਼ਾ ਰੱਖ ਕੇ ਖੰਡ ਪਾਠ ਸਾਹਿਬ ਹੋ ਰਿਹਾ, ਬਾਬੇ ਨੂੰ ਫਿਕਰ ਪੈ ਜਾਂਦਾ ਇਹਦੇ ਮਾੜੇ ਕਰਮ ਕੱਟਣੇ ਕਿਵੇਂ, ਇਹਦੀ ਗਰੀਬੀ ਕੱਟਣੀ ਕਿਵੇਂ, ਫਲਾਣਾ ਬੰਦਾ ਇਹਨੂੰ ਤੰਗ ਕਰ ਰਿਹਾ ਇਹਦਾ ਕਰਮ ਕੱਟਣਾ ਕਿਵੇਂ, ਇਹਦਾ ਦੁੱਖ ਕੱਟਣਾ ਕਿਵੇਂ। ਇਹ ਲਫ਼ਜ਼ ਮੇਰੇ ਕੋਲ ਨਹੀਂ ਬੋਲੇ ਜਾਂਦੇ, ਉਹਨਾਂ ਨੇ ਬੋਲੇ। ਬਾਬਾ ਜੀ ਕਹਿੰਦੇ ਮਰਿਆਦਾ ਨਾਲ ਖੰਡ ਪਾਠ ਸਾਹਿਬ ਹੋ ਜੇ, ਮਰੇ ਚ ਵੀ ਜਾਨ ਪਾ ਦਿੰਦਾ, ਕਹਿ ਦਿਓ ਗੱਜ ਕੇ ਸਤਿਨਾਮ। ਇਤਨੀ ਵੱਡੀ ਸਮਰੱਥ ਹੈ ਜਹਾਜ਼ ਵਿੱਚ, ਪਾਣੀ ਗੁਰੂ ਗੁਰੂ ਹੈ ਪਾਣੀ ਵਿੱਚ, ਪਾਣੀ ਅੰਮ੍ਰਿਤ ਪਾਣੀ ਗੁਰੂ ਗੁਰੂ ਹੈ ਪਾਣੀ ਵਿੱਚ, ਪਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਨ ਪਰ ਤਖਤ ਗੁਰੂ ਵਿਸਤਾਰੇ, ਗੁਰਬਾਣੀ ਕਹਿ ਸੇਵਕ ਜਨ ਮਨ ਪਰ ਤਖਤ ਗੁਰੂ ਵਿਸਤਾਰੇ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਕਲ ਯੁਗ ਜਹਾ ਅਰਜਨ ਗੁਰੂ, ਕਲ ਯੁਗ ਜਹਾ ਅਰਜਨ ਗੁਰੂ, ਬੋਲੋ ਬੋਲੋ। ਤੀਜੇ ਜਹਾਜ਼ ਤੀਜਾ ਜਹਾਜ਼ ਸਭ ਤੇ ਊਚ ਤਾਂ ਕਿਸੋ ਪਾਪਣੀ, ਸਭ ਤੇ ਊਚ ਤਾਂ ਕਿਸੋ ਪਾਪਣੀ, ਨਾਨਕ ਦੇ ਗੁਣ ਨਾਮ ਸੋਹਮਣੀ, ਓ ਨਾਨਕ ਦੇ ਗੁਣ ਨਾਮ ਸੋਹਮਣੀ, ਨਾਨਕ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਸੁਖ ਸੁਖ ਅੰਮ੍ਰਿਤ ਪ੍ਰਭ ਨਾਮ,
ਥੋੜਾ ਜਿਹਾ ਚੈੱਕ ਕਰੋ ਉੱਠਦੇ ਕਿਵੇਂ ਹੋ, ਉੱਠਦੇ ਕਿਵੇਂ, ਤੁਹਾਡੀ ਜਾਗ ਖੁੱਲੀ 4 ਵਜੇ, ਖੁੱਲੀ 5 ਵਜੇ, ਖੁੱਲੀ 5:30, ਖੁੱਲੀ 4:30, ਖੁੱਲੀ 7:30 ਤੇ ਕਈ ਪਤਾ ਕਿਵੇਂ ਉੱਠਦੇ, ਉੱਠੇ ਤੁਹਾਨੂੰ ਪਤਾ ਮੋਬਾਈਲ ਤੇ ਸੁਣਾਉਣਾ ਹੀ ਹੁੰਦਾ ਅੱਜ ਕੱਲ੍ਹ ਪਲੰਗ ਦੀ ਬਾਈ ਦੇ, ਜਾਂ ਕਈ ਉੱਠਦੇ ਹੀ ਮੋਬਾਈਲ ਫੜਦੇ ਆ, ਉੱਠਦੇ ਅੱਜ ਨਹਾਤੇ ਨੀ ਧੋਤੇ ਨੀ ਗਏ ਨੀ, ਉੱਠਦਿਆਂ ਵੇਖਣਗੇ ਕਿਹਦੀ ਕਾਲ ਮਿਸ ਕਿਹਦਾ ਕੋਈ ਵਟਸਐਪ ਤੇ ਸੁਣਿਆ, ਫਿਰ ਸ਼ੁਰੂ ਹੋਣਗੇ ਬੁਰਸ਼ ਕਰਨਾ ਜਾਂ ਕੋਈ, ਇਹ ਕਦੀ ਨਾ ਕਰਿਆ ਕਰੋ। ਇਹ ਗੱਲਾਂ ਕਹਿਣੀਆਂ ਨਹੀਂ ਚਾਹੀਦੀਆਂ ਪਿਆਰ ਵਾਲੀਆਂ, ਚਲੋ ਪਿਆਰ ਚ ਆ ਜਾਂਦੀ ਹੈ। ਉੱਠਦਿਆਂ ਮੋਬਾਈਲ ਫੜੋਗੇ ਪਰਚੇ ਪੈਣਗੇ, ਆਖੋ ਸਾਥ ਪਰਚੇ, ਉੱਠੇ ਹੋ ਇੱਕ ਓਂਕਾਰ ਤੋਂ ਨਾਨਕ ਹੋਸੀ ਵੀ ਸੱਜ ਤੱਕ ਪਹਿਲੀ ਪੌੜੀ ਪੜ੍ਹਦੇ ਹੋ, ਸਿਰਫ ਰਹਾਓ ਦੀ ਪੰਕਤੀ ਪੜ੍ਹਦੇ ਹੋ, ਇੰਨੀ ਤਾਕਤ ਵਿੱਚ ਸਿਰਫ ਰਹਾਓ ਦੀ ਪੰਕਤੀ ਪੜ੍ਹਦੇ ਹੋ, ਸੁਖ ਮੰਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ। ਇਹ ਦੋ ਚੀਜ਼ਾਂ ਪੜ੍ਹ ਕੇ ਜੇ ਇੱਕ ਅੱਧਾ ਮਿੰਟ ਕੁਝ ਵੇਖਣਾ ਵੇਖ ਲਓ, ਸੁਖਮਨੀ ਸਾਹਿਬ ਦੀ ਰਹਾਓ ਦੀ ਪੰਕਤੀ ਪੜ੍ਹ ਲਈ ਤੇ ਪਹਿਲੀ ਪੌੜੀ ਪੜ੍ਹ ਲਈ, ਪਰਚੇ ਤੁਹਾਡੇ ਲਈ ਮੁੱਕ ਜਾਣਗੇ। ਇੰਨੇ ਵੱਡੇ ਜਹਾਜ਼ ਦੀ ਰਹਾਓ ਦੀ ਪੰਕਤੀ ਦਾ ਸਹਾਰਾ ਲੈ ਕੇ ਮੋਬਾਈਲ ਫੜਿਆ, ਇਹਨੂੰ ਸਾਰਾ ਦਿਨ ਇਹੋ ਜਿਹਾ ਮੋਬਾਈਲ ਨਹੀਂ ਆਉਣਾ ਜਿਹਦੇ ਵਿੱਚ ਇਹਨੂੰ ਕੋਈ ਦੁੱਖ ਦੀ ਖਬਰ ਸੁਣਨੀ, ਕੋਈ ਕਲੇਸ਼ ਦੀ ਖਬਰ ਸੁਣਨੀ। ਪਤਾ ਨੀ ਕੀ ਭਰਿਆ, ਕੀ ਕਿਰਪਾ ਕੀਤੀ। ਇਹ ਮੈਂ ਸਿਰਫ ਸ਼ੁਰੂਆਤ ਉੱਠਣ ਦੀ ਕਹਿ ਰਿਹਾ, ਇਕਦਮ ਨੀ ਮੋਬਾਈਲ, ਇਕਦਮ ਨੀ ਘਰੇਲੂ ਕੰਮ, ਇਹਨਾਂ ਕਰੋ ਤਾਂ ਫਿਰ ਸ਼ੁਰੂ ਹੋ ਜਾਓ ਆਪਣਾ। ਭਾਵੇਂ ਪੇਸਟ ਕਰਨੀ ਹੈ, ਜੰਗਲ ਪਾਣੀ ਜਾਣਾ, ਨਹਾਉਣਾ, ਉਹਦੇ ਹੁੰਦਿਆਂ ਫਿਰ ਸਿਮਰਨ ਨਾ ਰੁਕੇ ਤੁਹਾਡਾ, ਆਖੋ ਸਾਥ ਚਲੋ ਮਾੜੇ ਦਰਸ਼ਨ ਕਰਿਓ ਜੀ। ਤੀਜਾ ਜਹਾਜ਼ ਸਭ ਤੇ ਊਚ ਤਾਂ ਕੀ ਸੋਭਾ ਬਣੀ,
ਚੌਥਾ ਜਹਾਜ ਤਰਨ ਤਾਰਨ ਸਾਹਿਬ ਗੱਜ ਕੇ ਆਖੋ ਮੈਂ ਕਹਿੰਦਾ ਇੰਨਾ ਕੁਝ ਦਿੱਤਾ ਦੇਣੀਆਂ ਨਹੀਂ ਦੇ ਜਿਹੜਾ ਸਬਜੈਕਟ ਚੱਲਦਾ ਨਾ ਲੜੀਵਾਰ ਅੱਜ ਨਹੀਂ ਚੱਲੇਗਾ ਕਿਉਂਕਿ ਅੱਜ ਚੰਡੀਗੜ੍ਹ ਦੇ ਪਰਿਵਾਰ ਸਲਵਿੰਦਰ ਸਿੰਘ ਵੱਲੋਂ ਵੀ ਤੇ ਆ ਭਾਈ ਤੇਜਪਾਲ ਸਿੰਘ ਜੀ ਜੋ ਸਾਰੀ ਲੜੀਆਂ ਕਈ ਦਿਨਾਂ ਤੋਂ ਜਿਹੜੀਆਂ ਸੰਗਤਾਂ ਅੱਜ 3 ਵਜੇ ਪਹੁੰਚੀਆਂ ਉਹਨਾਂ ਨਜ਼ਾਰਾ ਵੇਖਿਆ ਹੋਏਗਾ ਵੀ ਸਾਰਾ ਹਾਲ ਕਿਵੇਂ ਸੁਖਮਨੀ ਸਾਹਿਬ ਦੇ ਪਾਠ ਦੀ ਹਾਜ਼ਰੀ ਲਾ ਰਿਹਾ ਸੀ ਆਖੋ ਸਾਥ ਸਾਰੇ ਅੰਮ੍ਰਿਤਸਰ ਦੀਆਂ ਬੀਬੀਆਂ ਦੇ ਜਥੇ ਚਿੱਟੇ ਸੂਟ ਪਾ ਕੇ ਗੁਰੂ ਅਰਜਨ ਦੇਵ ਮਹਾਰਾਜ ਦੇ ਗੁਣ ਗਾ ਰਹੇ ਸੀ ਗੱਜ ਕੇ ਆਖੋ ਸਾਥ ਤੇ ਥੋੜਾ ਜਿਹਾ ਚਿਰ ਹੋਰ ਅੱਜ ਗੁਰੂ ਅਰਜਨ ਦੇਵ ਜੀ ਦੀ ਵਡਿਆਈ ਜਿਨ੍ਹਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਹ ਲੜੀ ਜੋ ਹਰ ਸਾਲ ਭਾਈ ਤੇਜਪਾਲ ਸਿੰਘ ਕਰਾਉਂਦੇ ਆ ਉਹਦਾ ਅਖੀਰਲਾ ਦਿਵਾਨ ਅੱਜ ਇੱਥੇ ਰੱਖਿਆ ਸੀ ਵੀਰਵਾਰ ਸੱਤ 8 ਮਿੰਟ ਹੋਰ ਹਾਜ਼ਰੀ ਲਾ ਕੇ ਫਿਰ ਆਪਾਂ ਸਮਾਪਤੀ ਲਾਵਾਂਗੇ ਸਾਰੇ ਬੋਲੇ ਕਲ ਯੁਗ ਜਹਾ ਅਰਜਨ ਕਲ ਯੁਗ ਜਹਾ ਅਰਜਨ ਪਨ ਮਥਰਾ ਮੂਰਤ ਸਦਾ ਥਿਰ ਲਾਏ ਜਗ ਸਨਮੁਖ ਰਹੋ ਕਲ ਯੁਗ ਜਹਾਜ ਅਰਜਨ ਗੁਰੂ ਸਗਲ ਸ੍ਰਿਸ਼ਟ ਲਗ ਬੇਤਰੋ ਸਗਲ ਸ੍ਰਿਸ਼ਟ ਲਗ ਬੇ ਧਨ ਹੈ ਧਨ ਹੈ ਧਨ ਹੈ ਗੁਰੂ ਅਰਜਨ ਦੇਵ ਜੀ ਧਨ ਵਾਹਿਗੁਰੂ
ਗੁਰੂ ਸੌਂਦਾ ਨਹੀਂ ਪਰ ਚਲੋ ਬੋਲਣ ਇਸ਼ਨਾਨ ਪਾਣੀ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਸਿਮਰਨ ਦੀ ਹਾਜ਼ਰੀ ਸਿਮਰਨ ਦੀ ਹਾਜ਼ਰੀ ਵਜੇ ਦੇ ਕਰੀਬ ਮੈਨੂੰ ਆਨੰਦ ਆਉਂਦਾ ਇਹਨਾਂ ਚੀਜ਼ਾਂ ਨੂੰ ਸਾਂਝੀਆਂ ਕਰ ਮਿਲਦਾ ਕਈ ਫੈਸਲਾ ਲੈ ਲੈਂਦੇ ਮਨ ਚ ਅਸੀਂ ਵੀ ਕੁਝ ਕਰਨਾ ਭਗਤੀ ਵਧਾਓ ਬੰਦਗੀ ਵਧਾਓ ਦੂਜੇ ਖਲੇਰਿਆਂ ਦਾ ਸੋੜਾ ਘਟਾਓ ਸਗੋਂ ਚ ਦਾਸ ਦਾ ਬਹੁਤ ਮਨ ਕਰਦਾ ਥੋੜੀ ਬਾਹਰ ਦੀ ਦੌੜ ਘਟਾਈਏ ਜਿਹੜੇ ਜਿਹੜੇ ਸੰਗਤ ਦੇ ਪ੍ਰੇਮੀ ਨੇ ਕੱਲੇ ਕੱਲੇ ਦੀ ਡੈਰੀ ਲੱਗੇ ਆਖੋ ਸੱਤ ਕਈਆਂ ਦੀਆਂ ਗੁਪਤ ਸ਼ੁਰੂ ਕਰ ਪਈ ਇੰਨਾ ਕੁ ਘੱਟ ਤੋਂ ਘੱਟ ਹੋਵੇ 51 ਪਾਠ ਜਪਜੀ ਸਾਹਿਬ ਇੰਨੇ ਕੁ ਰੋਜ਼ ਦੇ ਹਰ ਵੀਰਵਾਰ ਆਉਣ ਵਾਲੇ ਦੇ ਸਾਧ ਸੰਗਤ ਨਿਤਨੇਮ ਦੇ ਪਹਿਰੇ ਵਿੱਚ ਹਾਜ਼ਰੀ ਘੱਟ ਤੋਂ ਘੱਟ ਨਹੀਂ ਵੀ ਕਰ ਸਕਦੇ ਨਾ ਕੋਈ ਮਾਲਾ ਫੜਨ ਲੱਗਿਆ ਸ਼ਰਮ ਨਾ ਕਰੋ
ਪੈਂਠ ਵਾਰੀ ਇੱਕਿਉਂ ਕਰ ਦੋ ਨਾਨਕ ਉਸੀ ਵੀ ਸੱਚ ਹਾਜ਼ਰੀ ਲੱਗ ਜੇ ਇੱਕ ਜਪਜੀ ਸਾਹਿਬ ਗਿਣ ਲਓ। ਹੇਮਕੁੰਡ ਸਾਹਿਬ ਜਾ ਰਹੇ ਹੋ, ਹਜ਼ੂਰ ਸਾਹਿਬ ਜਾ ਰਹੇ ਹੋ ਟ੍ਰੇਨ 'ਚ, ਜਪਜੀ ਸਾਹਿਬ ਕਰੋ, ਵਿੱਚ ਕਿਸੇ ਲਈ ਗੱਲ ਕਰਨੀ ਪੈ ਜਾਂਦੀ, ਮੂਲ ਮੰਤਰ ਹੁੰਦਾ ਵੀ ਪੂਰਾ ਕਰਕੇ ਗੱਲ ਕਰਨੀ ਕਰ ਸਕਦਾ। ਇਤਨਾ ਫਿਰ ਪੈਂਠ ਹਾਰੀ ਕਰੋ ਦੋ ਪਾਠ, ਫਿਰ ਪੈਂਠ ਹਾਰੀ ਤਿੰਨ ਪਾਠ, ਇਤਨਾ ਰਾਤ ਤੱਕ ਫੈਸਲਾ ਕਰ ਲਓ। ਸੌਣ ਤੋਂ ਪਹਿਲਾਂ ਇੰਝ 51 ਪੂਰੇ ਕਰਨੇ ਨੇ, ਚੰਦ ਦਿਨਾਂ ਵਿੱਚ ਔਖੇ ਨਹੀਂ ਲੱਗਣੇ। ਜੇ ਵਾਹਿਗੁਰੂ 'ਚ ਰਸ ਆਉਂਦਾ 108 ਦਾਣਿਆਂ ਦੀ 8 ਮਾਲਾ, ਤੁਸੀਂ ਇੱਕ ਹੀ ਕਰ ਲਓ ਬਈ, ਇੱਕ ਦਾਣੇ 'ਤੇ 8 ਹਾਰੀ ਬੋਲੀ ਜਾਓ, ਫਿਰ ਅਗਲੇ 'ਤੇ 8 ਹਾਰੀ, ਫਿਰ ਅਗਲੇ 'ਤੇ ਇੱਕ ਮਾਲਾ ਹੀ ਕਰ ਲਓ, ਇੱਕ ਜਪਜੀ ਸਾਹਿਬ ਗਿਣ ਲਓ ਕਿੰਨੀ। ਇਤਨਾ 51 ਵਾਰੀ ਇਹ ਸ਼ੌਂਕ ਵਧਾਓ। ਹੇ ਮੇਰੇ ਗੁਰੂ ਅਰਜਨ ਦੇਵ ਜੀ, ਜਿੰਨੇ ਵੀਰਵਾਰ ਆਉਂਦੇ ਨੇ ਭਗਤੀ ਦਾ ਸ਼ੌਂਕ ਸਾਡੇ ਗੱਲਾਂ 'ਚ ਪਟਾ ਪਾ ਦੇ, ਆਖੋ ਸਾਖੋ ਕਿਰਪਾ ਕਰ ਬਖਸ਼ਿਸ਼। ਇਹ ਮੈਂ ਤਾਂ ਮਾੜਾ ਬੋਲਦਾ ਵੀ ਡੈਰੀਆਂ ਲੱਗਣੀਆਂ ਜੇ, ਆਖੋ ਸਾਖੋ। ਕੋਈ ਇੱਕ ਦਿਨ ਚੁਣਦੇ ਪਏ ਆ ਵੀ ਕਿਹੜਾ, ਉਹ ਅੰਮ੍ਰਿਤਸਰ ਹੀ ਰਹਿਣਾ, ਇੱਥੇ ਹੀ ਰਹਿਣਾ ਭਲਾਈ। ਇੱਕ ਡੈਰੀ ਦਾ ਨਾਂ ਰੱਖਣਾ ਪੱਕੀ ਡੈਰੀ, ਜਿਹੜਾ 51 ਵਾਲਾ ਉਹਦੀ ਪੱਕੀ ਰੱਖਣਾ, ਜਿਹੜਾ ਥੋੜਾ ਥੱਲੇ ਵਾਲਾ ਕੱਚੀ ਡੈਰੀ, ਜਿਹੜਾ ਹੋਰ ਥੱਲੇ ਵਾਲਾ ਆਮ ਡੈਰੀ, ਆਖੋ ਸਾਧ। ਇਹਦਾ ਮਤਲਬ ਹੋਰ ਕੋਈ ਨਹੀਂ, ਹਫ਼ਤੇ ਬਾਅਦ ਉਹ ਆਵੇ, ਸੈਨ ਕਰਾਵੇ ਤੇ ਚਾਹ ਪਾਣੀ ਪੀਵੇ, ਕੋਈ ਸਿਰਫ ਡੈਰੀ ਵਾਲੇ ਆਉਣ, ਹੋਰ ਨਹੀਂ, ਕੇਵਲ ਨਾਮ ਭਗਤੀ ਦਾ। ਉਸ ਦਿਨ ਵੀ ਬਸ ਇੱਕ ਦੂਜੇ ਦਾ ਭੈ ਬਣਿਆ ਹੋਵੇ, ਹਫ਼ਤੇ ਬਾਅਦ ਡੈਰੀ ਦਿਖਾਉਣੀ ਹੈ, ਮੈਂ ਅਜੇ ਕੱਚੀ ਡੈਰੀ 'ਚ ਆ, 31 ਰੋਜ਼ ਦੇ 21 ਰੋਜ਼ ਦੇ ਉਹ ਸੈਨ ਮਰਵਾਉਣੇ, ਬਸ ਕਿਸੇ ਤਰੀਕੇ ਇੱਕ ਦੂਜੇ ਦੇ ਭੈ ਨਾਲ ਨਿਤਨੇਮ ਵਿੱਚ ਪੈਰਾ ਢਿੱਲਾ ਨਾ ਹੋਵੇ, ਆਖੋ ਸਾਖੋ। ਨਹੀਂ ਤੇ ਫਿਰ ਮੁਸ਼ਕਲ ਹੋ ਰਹੀ। ਕਈ ਇਹ ਨਾ ਸਮਾਂ ਦੇਣ ਕਰਕੇ ਜਿੱਦਣ ਸ਼ਹੀਦੀ ਦਿਹਾੜਾ ਸੀ ਨਾ ਮਹਾਰਾਜ, ਕੁਝ ਸਰੀਰ ਉਹਨਾਂ ਕੋਲ ਇਹੋ ਜਿਹੀ ਗਲਤੀ ਹੋ ਗਈ, ਉਸ ਦਿਨ ਪਿਕਚਰ ਵੇਖਣ ਗਏ ਥੀਏਟਰ, ਬੜਾ ਮੇਰਾ ਮਨ ਦੁੱਖ ਗਿਆ, ਗਏ ਅਣਜਾਣ ਬੁੜੇ ਬਚਪਨੇ, ਫਿਰ ਮੈਂ ਕਿਹਾ ਲੋੜ ਹੈ ਉਹ ਡੈਰੀ ਨਾਲ ਨਾਲੇ ਚੀਜ਼ਾਂ ਪੁੱਛੀਆਂ ਜਾਣਗੀਆਂ ਵੀ ਆ 15 ਦਿਨੀ ਸੈਨ ਕਰਾ ਰਹੇ ਹੋ, ਪਿਕਚਰ ਤਾਂ ਨਹੀਂ ਥੀਏਟਰ 'ਚ ਵੇਖਣ ਗਏ, ਆਖੋ ਸਾਥ। ਹਾਂ ਸਿਰਫ ਇੱਕ ਦੂਜੇ ਦਾ ਭੈ ਬਣਿਆ, ਨਹੀਂ ਤੇ ਕੱਲ ਯੁੱਗ ਜਿਹੜਾ ਉਹ ਮਿੰਟੋ ਮਿੰਟ ਹੀ ਲਵੇਟ ਕੇ ਖੜ੍ਹਦਾ, ਭਾਵੇਂ ਚਲੋ ਭੋਲੇ ਪਾ ਬਚਪਨੇ ਚਲੇ ਗਏ, ਸਾਡਾ ਪਿਓ ਤੱਤੀ ਲੋਹ ਤੇ ਬੈਠਾ ਹੋਵੇ, ਅਸੀਂ ਉਸ ਦਿਨ ਸੋਭਾਂਗੇ ਥੀਏਟਰ 'ਚ, ਆਖੋ ਸਾਥ। ਭਗਤੀ ਦਾ ਸ਼ੌਂਕ ਮੰਗੋ,
ਬੰਦਗੀ ਦਾ ਸ਼ੌਂਕ ਮੰਗੋ। ਸੱਚੇ ਪਾਤਸ਼ਾਹ 12 ਦੇ ਕਰੀਬ, ਮੈਂ ਕਰੀਬ ਹੀ ਕਹਿ ਰਿਹਾ ਕੋਈ ਕੀ ਉਹਦੀ ਗੱਤ ਮੈਂ ਤੋਂ ਹੀ ਜਾਣਾ। ਭਾਈ ਵੀਰ ਸਿੰਘ ਨੇ ਪਹਿਰ ਰਾਤ ਰੱਖਿਆ, ਭਾਰੀ ਖਾਲਸਾ ਚ ਵੀ ਪਹਿਰ ਰਾਤ ਰੱਖਿਆ। 4 ਵਜੇ ਦੇ ਕਰੀਬ ਲਿਖਿਆ ਰਬਾਬੀ ਆ ਜਾਂਦੇ ਸੀ, ਰਬਾਬੀ ਉਹਨਾਂ ਆਸਾ ਜੀ ਵਾਰ ਆਰੰਭ ਕਰ ਦੇਣੀ, ਨਾਲ ਸ਼ਬਦ ਪੜ੍ਹਨੇ ਤੇ ਸਾਡੇ ਪਿਤਾ ਜੀ ਦਾ ਚੌਂਕੜਾ ਆਖੋ ਸਤਨਾਮ ਗੁਰੂ ਅਰਜਨ ਦੇਵ ਜੀ। ਹੁਣ ਦਰਸ਼ਨ ਕਰਿਓ ਮਾੜੇ ਜੇ, 7:30-8 ਵਜੇ ਦੇ ਕਰੀਬ ਗੁਰੂ ਅਰਜਨ ਦੇਵ ਜੀ ਘੰਟਾ ਕੁ ਦਿੰਦੇ ਸੀ ਸੰਗਤਾਂ ਨੂੰ ਆਖੋ ਸਤਨਾਮ। ਜਿਹੜੀ ਬਾਹਰੋਂ ਸੰਗਤ ਆਈ ਹੁੰਦੀ ਸੀ ਵੀ ਕਿਸੇ ਨੇ ਕੁਝ ਪੁੱਛਣਾ, ਪ੍ਰਸ਼ਾਦ ਲੈਣਾ, ਕੁਝ ਪ੍ਰਸ਼ਨ ਕਰਨਾ, ਕੋਈ ਗੱਲ ਕਰਨੀ, ਉਹ ਘੰਟਾ ਕੁ ਹੁੰਦਾ ਸੀ 7:00-8:00 ਜਾਂ 7:30-8:30 ਐਟ ਟਾਈਮ ਸੰਗਤ ਨੂੰ। ਤੇ ਆਗਰੇ ਤੋਂ ਸੰਗਤ ਆਈ, ਉਹਨਾਂ ਮੱਥਾ ਟੇਕਿਆ, ਕਹਿਣ ਲੱਗੇ ਮਹਾਰਾਜ ਪ੍ਰਸ਼ਨ ਕਰਨਾ। ਉਹ ਟਾਈਮ ਸੰਗਤ ਭੁਗਦੀ ਸੀ 7:30-7:30 ਦੇ ਕਰੀਬ। ਮਹਾਰਾਜ ਕਹਿੰਦੇ ਦੱਸੋ। ਕਹਿੰਦੇ ਮਹਾਰਾਜ ਘਰ ਦੇ ਕੰਮ ਕਾਜ ਵੀ ਕਰਦੇ ਹਾਂ, ਬੰਦਗੀ ਵੀ ਕਰਦੇ ਹਾਂ। ਗੱਲ ਬੜੀ ਸੁਣਨ ਵਾਲੀ ਜੇ ਤੁਹਾਡੇ। ਕਹਿੰਦੇ ਮਹਾਰਾਜ ਘਰ ਦੇ ਕੰਮ ਕਾਜ ਕਰਦੇ ਹਾਂ, ਕਾਰੋਬਾਰ ਕਰਦੇ ਹਾਂ ਨਾ, ਦੋ ਗੱਲਾਂ ਕਹੀਆਂ ਆਗਰੇ ਦੀ ਸੰਗਤ ਨੇ। ਕਹਿੰਦੇ ਜੀ ਘਰ ਦਾ ਕੰਮ ਕਾਜ ਕਰਦੇ ਹਾਂ, ਕਾਰੋਬਾਰ ਕਰਦੇ ਹਾਂ, ਨਿਤਨੇਮ ਵੀ ਹੈਗੇ ਹਾਂ, ਬੰਦਗੀ ਵੀ ਕਰਦੇ ਹਾਂ, ਪਰ ਘਰ ਦਾ ਕੰਮ ਕਾਜ ਕਰਦੇ ਹਾਂ, ਕਾਰੋਬਾਰ ਕਰਦੇ ਹਾਂ, ਬਾਬਾ ਜੀ ਗੁੱਸਾ ਵੀ ਆ ਜਾਂਦਾ ਤੇ ਈਰਖਾ ਵੀ ਆ ਜਾਂਦੀ। ਆਖੋ ਸਾਧਨਾ, ਗੁੱਸਾ ਵੀ ਆ ਜਾਂਦਾ, ਈਰਖਾ ਵੀ ਆ ਜਾਂਦੀ। ਸੱਚ ਬੋਲਿਆ, ਗ੍ਰਸਤੀਆਂ ਕਾਰੋਬਾਰੀਆਂ ਤੇ ਫਿਰ ਕਿਸੇ ਨਾਲ ਈਰਖਾ ਵੀ ਆ ਜਾਂਦੀ। ਇਹਦੇ ਕੋਲ ਸੌਦਾ ਲੈ ਗਿਆ, ਗਾ ਗੁੱਸਾ ਵੀ ਆ ਜਾਂਦਾ, ਇੰਜ ਹੱਥ ਜੋੜ ਕੇ ਕਹਿੰਦੇ, ਕਹਿੰਦੇ ਜੀ ਸਾਡਾ ਪਾਰ ਤਾਰਾ ਹੋ ਜਾਏਗਾ। ਆਖੋ ਸਾਧਨਾ, ਬੰਦਗੀ ਕਰਦੇ ਆ, ਗ੍ਰਸਤੀਆਂ ਕਾਰੋਬਾਰੀਆਂ ਤੇ ਗੁੱਸਾ ਵੀ ਆ ਜਾਂਦਾ ਤੇ ਈਰਖਾ ਵੀ ਆ ਜਾਂਦੀ ਹੈ। ਬਸ ਮੈਂ 2 ਮਿੰਟ ਚ ਗੱਲ ਕਰਾਂਗਾ। ਗੁਰੂ ਅਰਜਨ ਦੇਵ ਨਾ ਹੱਸ ਪਏ, ਪਤਾ ਕੀ ਕਹਿੰਦੇ? ਮਹਾਰਾਜ ਕਹਿੰਦੇ 4 ਵਿਆਹ ਕਰਾ ਲਓ। ਆਖੋ ਸਾਧਨਾ, 4 ਵਿਆਹ ਕਰਾ ਲਓ। ਉਹ ਕੰਨਾਂ ਨੂੰ ਹੱਥ ਕਹਿੰਦੇ ਮਹਾਰਾਜ ਇੱਕ ਸੰਭਾਲਣਾ ਔਖਾ। ਆਖੋ ਸਾਧਨਾ, ਆ ਕੀ ਤੁਸੀਂ ਗੱਲ ਦੱਸਿਆ ਵੀ ਗੁੱਸਾ ਆਉਂਦਾ ਈਰਖਾ ਤੇ 4 ਵਿਆਹ ਕਰਾ ਲਓ? ਮਹਾਰਾਜ ਕਹਿੰਦੇ ਮੈਂ ਤਨ ਦਾ ਵਿਆਹ ਨਹੀਂ ਕਹਿ ਰਿਹਾ, ਮਨ ਦੇ 4 ਵਿਆਹ ਕਰਾ ਲਓ। ਇੱਕ ਜਕਾਰਾ ਦਿਓ ਪਿਆਰ ਮਨ ਦੇ। ਗੁਰੂ ਅਰਜਨ ਦੇਵ ਕਹਿੰਦੇ ਮਨ ਦੇ 4 ਵਿਆਹ ਕਰਾ ਦਿਓ। ਗ੍ਰਸਤੀ ਹੋ ਨਾ ਕਾਰੋਬਾਰੀ ਹੋ, ਭਗਤੀ ਵੀ ਕਰਦੇ ਹੋ ਪਰ ਗੁੱਸਾ, ਸੱਚ ਬੋਲਿਆ, ਈਰਖਾ ਵੀ ਆ ਜਾਂਦੀ, ਗੁੱਸਾ ਵੀ ਆ ਜਾਂਦਾ। ਮਹਾਰਾਜ ਕਹਿੰਦੇ ਮਨ ਦੇ, ਬਸ ਉਹ ਮੈਂ 2 ਮਿੰਟ ਚ ਬੋਲ ਕੇ ਨਾ ਜੀ 4 ਵਿਆਹ ਕਿਹੜੇ, ਤੇ ਫਿਰ ਆਪਾਂ ਸਮਾਪਤੀ ਕਰਨੀ। ਇੱਕ ਵਾਰੀ ਕਹਿਓ ਪਿਆਰ ਨਾਲ, ਇਸ ਗੁਰ ਕੋ ਸਾਬਾਸ ਹੈ।
ਜਿਨ ਹਰ ਸੋਚੀ ਪਾਈ ਇਸ ਸੋਚਾ ਦਾਸ ਹੈ ਜਿਨ ਹਰ ਸੋਚੀ ਪਾਈ ਬੋਲੋ ਭੈਣਾ ਇਸ ਗੁਰ ਧੰਨ ਗੁਰੂ ਅਰਜਨ ਦੇਵ ਜੀ ਧੰਨ ਗੁਰੂ ਅਰਜਨ ਦੇਵ ਜੀ ਧੰਨ ਅਰਜਨ ਦੇਵ ਜੀ ਧੰਨ ਗੁਰੂ ਅਰਜਨ ਦੇਵ ਜੀ ਵਾਹ ਮਹਾਰਾਜ ਕਹਿੰਦੇ ਜਿਹੜਾ ਤੁਹਾਨੂੰ ਆਪਣੇ ਤੋਂ ਨੀਵਾਂ ਨਜ਼ਰ ਆਵੇ ਬੜੀ ਗੱਲ ਸੁਣਨੀ ਜਿਹੜਾ ਦੋ ਮਿੰਟ ਚ ਕਈ ਸਾਡੇ ਤੋਂ ਨੀਵੇਂ ਹੁੰਦੇ ਨੇ ਮਾਇਆ ਚ ਮਕਾਨਾਂ ਚ ਕਾਰਾਂ ਚ ਗੁਣਾਂ ਚ ਮਹਾਰਾਜ ਕਹਿੰਦੇ ਆਪਣੇ ਤੋਂ ਨੀਵੇਂ ਨੂੰ ਕਦੀ ਟਿਕਚਰ ਨਹੀਂ ਕਰਦੇ ਹਾਏ ਹਾਏ ਇੱਥੇ ਲਫ਼ਜ਼ ਲਿਖਿਆ ਜੀ ਇਹ ਪਹਿਲਾ ਵਿਆਹ ਕਰਾ ਲਓ ਮਨ ਦਾ ਉਹ ਲਫ਼ਜ਼ ਸੁਣਿਓ ਕਿਹੜੀ ਵੋਟੀ ਲਿਆਓ ਉਹ ਵੋਟੀ ਦਾ ਕੀ ਨਾਂ ਜਿਹਦੇ ਨਾਲ ਵਿਆਹ ਕਰਾਉਣਾ ਕਰਣਾ ਇਹ ਮਹਾਰਾਜ ਦੇ ਬਚਨ ਕਰਣਾ ਕਰਣਾ ਬਿਰਤੀ ਆਪਣੇ ਤੋਂ ਨੀਵੇਂ ਨੂੰ ਟਿਕਚਰ ਨਹੀਂ ਕਰਨੀ ਉਹਦਾ ਸਵਾਦ ਨਹੀਂ ਲੈਣਾ ਉਹਦੇ ਤੇ ਕਰਣਾ ਕਰਨੀ ਹੈ ਦਇਆ ਆਖੋ ਸਾਧੂ ਮਨ ਚ ਰੱਖੋ ਮੈਂ ਕਰਨਾ ਨਾਲ ਵਿਆਹ ਕਰਾਇਆ ਮੈਨੂੰ ਜ਼ਿੰਦਗੀ ਜਿਹੜਾ ਕੋਈ ਆਪਣੇ ਤੋਂ ਨੀਵਾਂ ਛੋਟਾ ਮਿਲਿਆ ਉੱਥੇ ਟਿਕਚਰ ਤੇ ਸਵਾਦ ਨਹੀਂ ਲੈਣਾ ਉਹ ਜਿਹੜੀ ਕਰਨਾ ਨਾਲ ਵਿਆਹ ਕਰਾਇਆ ਨਾ ਉਹ ਕਰਨਾ ਰੱਖਣੀ ਉੱਥੇ ਉਹਨੂੰ ਕੁਝ ਦੇਣਾ ਆਖੋ ਸਾਧੂ ਧੰਨ ਗੁਰੂ ਅਰਜਨ ਦੇਵ ਜੀ ਧੰਨ ਗੁਰੂ ਅਰਜਨ ਦੇਵ ਜੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਗਰੇ ਦੀ ਸੰਗਤ ਨੂੰ ਕਹਿੰਦੇ ਸੀ ਇੱਕ ਹੁੰਦੇ ਸਾਡੇ ਬਰਾਬਰ ਦੇ ਬਰਾਬਰ ਦੇ ਉਹ ਵੀ ਕੀਰਤਨ ਕਰਦਾ ਉਹ ਵੀ ਕਰਦਾ ਉਹ ਵੀ ਮੁਨਿਆਰੀ ਹੈ ਲੈ ਉਹ ਵੀ ਬਰਾਬਰ ਦੇ ਲਾਗੇ ਜਾ ਮਹਾਰਾਜ ਕਹਿੰਦੇ ਜਿੱਥੇ ਬਰਾਬਰ ਦਾ ਮਿਲੇ ਉੱਥੇ ਕਈ ਵਾਰੀ ਈਰਖਾ ਜਨਮ ਲੈ ਲੈਂਦੀ ਆਖੋ ਸਾ ਉਸ ਵੇਲੇ ਕਿਹਦੇ ਨਾਲ ਵਿਆਹ ਕਰਾਉਣਾ ਦੂਜਾ ਵਿਆਹ ਕਿਹੜਾ ਉਹਨੂੰ ਤਵਾਰੀ ਖਾਲਸਾ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਉੱਤੇ ਭਾਈ ਵੀਰ ਸਿੰਘ ਜੀ ਅਸ਼ਟ ਗੁਰੂ ਚਮਤਕਾਰ ਜਿਹੜੀ ਭਾਈ ਵੀਰ ਸਿੰਘ ਜੀ ਦੀ ਉਹਦੇ ਚ ਲਿਖਿਆ ਦੂਜੀ ਵੋਟੀ ਦਾ ਕੀ ਨਾਂ ਰੱਖਣਾ ਮੈਤਰੀ ਮੈਤਰੀ ਦਾ ਅਰਥ ਮਿੱਤਰਤਾ ਆਖੋ ਸਾਧੂ
ਬਰਬਰ ਵਾਲੇ ਨਾਲ ਈਰਖਾ ਨਹੀਂ ਰੱਖਣੀ, ਮੈਤਰੀ ਮਿੱਤਰ। ਉਹ ਕਈ ਵਾਰੀ ਮੈਂ ਤੁਹਾਨੂੰ ਆਪਣੀ ਗੱਲ ਸੁਣਾਉਣਾ, ਗੱਲ ਬੜੀ ਲੰਬੀ ਨਹੀਂ ਕਰਦੀ। ਮੈਨੂੰ ਇੱਕ ਪੰਕਤੀ ਕਢਾਈ ਸੀ, ਪ੍ਰਭ ਜੀ ਤੂੰ ਮੇਰੇ ਪ੍ਰਾਣ ਅਧਾਰੇ, ਜਦੋਂ ਮੈਂ ਕੀਰਤਨ ਸਿੱਖਣ ਢਾਈ ਮਹੀਨੇ ਸਾਈਕਲ ਤੇ ਮੈਂ ਜਾਂਦਾ, ਢਾਈ ਮਹੀਨੇ ਇੱਕੋ ਪੰਕਤੀ ਸਫਾਈ। ਮਨਿਆਰੀ ਦੀ ਹੱਟੀ ਤੋਂ ਮੈਂ ਆਉਣਾ 8 ਵਜੇ, ਮਾਤਾ ਨੇ ਮੈਨੂੰ ਰੋਟੀ ਖਵਾਉਣੀ, 8:30 ਸਾਈਕਲ ਤੇ ਜਾਣਾ, 2.5-3 ਮੀਲ ਜਾਣਾ, ਫਿਰ ਘਰ 10-10:30 ਆਉਣਾ, ਤੇ 2.5 ਮਹੀਨੇ ਫਿਰ 5 ਸਰਗਮਾਂ ਕਰਕੇ ਇੱਕੋ ਪੰਕਤੀ। ਮੈਂ ਉਹਨਾਂ ਨੂੰ ਕਹਾ ਜੀ ਅਗਲੀ ਕਰਾਓ, ਹੁਣ ਅੰਤਰਾ ਕਰਾ ਦਿਓ, ਨਮਸਕਾਰ ਡੰਡੋਤ ਵੰਦਨਾ। ਕਹਿੰਦੇ ਨਹੀਂ ਅਜੇ ਇੱਕੋ ਹੀ ਵਜਾਈ। ਉਦੋਂ ਫਿਰ ਮੈਂ ਅਰਦਾਸ ਕੀਤੀ, ਮੈਂ ਕਿਹਾ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਸਿਖਾਉਣ ਵਾਲਾ ਉਸਤਾਦ ਕਹਿੰਦਾ 7 ਵਜੇ, ਮੈਂ ਕਿਹਾ ਜਿੱਦਣ ਵਾਜਾ ਆ ਗਿਆ ਨਾ ਮਹਾਰਾਜ, ਫਿਰ ਐਡਾ ਟਾਈਟ ਕੰਮ ਨਹੀਂ ਰੱਖਣਾ 2.5 ਮਹੀਨੇ ਚ ਇੱਕ ਪੰਕਤੀ, ਲੰਗਰ ਖੁੱਲ੍ਹਾ ਹੀ ਲਾਉਣਾ, ਆਖੋ 7 ਵਜੇ ਖੁੱਲ੍ਹਾ ਹੀ ਲੰਗਰ ਰੱਖਣਾ, ਕੰਮ ਭੀੜਾ ਨਹੀਂ ਰੱਖਣਾ। ਫਿਰ ਜਦੋਂ ਕਿਰਪਾ ਹੋ ਗਈ ਤੇ ਹਾਰਮੋਨੀਅਮ ਸਾਰਾ ਕੀਰਤਨ, ਫਿਰ 17 ਜਗ੍ਹਾ ਵਾਜਾ ਸ਼ੁਰੂ ਕਰਤਾ ਸਿਖਾਉਣਾ ਇੱਥੇ ਅੰਮ੍ਰਿਤਸਰ। ਚਲੋ ਮੈਂ ਗੱਲ ਛੋਟੀ ਕਰਾਂ, ਅਸੀਂ 5 ਸਰਗਮਾਂ ਹਫ਼ਤੇ 'ਚ ਕਰਾ ਕੇ ਸਿੱਧਾ 4 ਸੁਰਾਂ ਦਾ ਸ਼ਬਦ, ਰਾਮ ਤੇ ਨਾਨ ਮੰਗੋ ਸਿਰਫ 4 ਸੁਰਾਂ। ਉਹ ਬੱਚੇ ਨੇ ਜੀ 2-3 ਦਿਨ ਚ ਕਰ ਲੈਣਾ, ਨਾਲ ਹੀ ਅਗਲਾ ਸ਼ਬਦ ਕਰਾ ਦੇਣਾ, ਸੁਰਾਂ ਉਹੀ ਨੇ। ਉਹਨੂੰ ਹੋਗਾ ਵੀ ਮੇਰਾ ਦੂਜਾ ਸ਼ਬਦ ਲਾਗ ਰਹੇ ਹੋ ਮੇਰਾ ਜੀ ਕਬ ਸੇ ਲਾਗ ਤਿੰਨ 4 ਦਿਨ ਚ ਇਹ ਸ਼ਬਦ ਹੋਣਾ, ਨਾਲ ਹੀ ਤੀਜਾ ਸ਼ਬਦ ਹਿਰਦੇ ਬਸੋ ਗੋਪਾਲ ਮੋਰੇ ਹਿਰਦੇ ਹੁਣ ਨੋਟ ਕਰਿਓ ਜੀ, 8-9 ਦਿਨਾਂ ਚ 3 ਸ਼ਬਦ ਹੋ ਗਏ, ਪਹਿਲੇ 5 ਦਿਨਾਂ ਚ ਸਰਗਮਾਂ 5, ਹੁਣ ਮਾੜੀ ਜੀ ਟਿਊਨ ਸੁਰਾਂ ਵਧਾ ਦੇਣੀ ਹੈ ਸੁਰਾਂ ਰਾਮਈਆ ਸ਼ਬਦ ਫਿਰ ਰੇ ਮਨ ਮੇਰੇ ਸਦਾ ਜਾਪ ਇਸੇ ਟਿਊਨ ਦੇ 6ਵਾਂ ਸ਼ਬਦ, ਟਿਊਨਾਂ 2 ਸ਼ਬਦ 6। ਉਹ ਬੱਚੇ ਨੇ ਤਾਏ ਨੂੰ ਮਾਮੇ ਨੂੰ ਫੁੱਫੜ ਨੂੰ ਭੂਆ ਨੂੰ ਚਾਚੀ ਨੂੰ ਮੰਮੀ ਨੂੰ ਪੂਰਾ ਰੌਲਾ ਪਾਉਣਾ, ਮੈਨੂੰ 6 ਸ਼ਬਦ ਆ ਗਏ, ਆਖੋ ਸਤਨਾਮ, ਅੰਦਰ ਪਲ ਵੱਜਣ। 15-20 ਦਿਨਾਂ ਸਰਗਮਾਂ ਵੀ ਸ਼ਬਦ ਮੈਂ ਸਮਾਪਤੀ ਕਰਾਂ।
ਇੰਜ ਮੈਂ ਵਾਜਾ ਫੜਿਆ ਤੇ ਇਸ ਤਰ੍ਹਾਂ 15-20 ਲਾਈਨ ਲੱਗੀ, ਹਰ ਇੱਕ ਦੀ ਕਾਪੀ ਲੱਗੀ ਹੁੰਦੀ, ਨਾਲ 5-7 ਵਾਜੇ ਵੱਖਰੇ ਰੱਖੇ ਹੁੰਦੇ ਜੀ, ਕੋਈ ਰਿਹਰਸਲ ਕਰ ਰਿਹਾ, ਇੱਧਰੋਂ ਆਪਣਾ ਅਗਲਾ ਸਬਕ ਲੈ ਰਿਹਾ, ਪਿਛਲਾ ਸੁਣਾ ਰਿਹਾ, ਤੇ ਇੱਕ ਬੱਚੀ ਆ ਗਈ ਮੇਰੇ ਕੋਲ, ਮੈਨੂੰ ਕਹਿੰਦੀ ਵੀਰ ਜੀ ਮੈਨੂੰ ਉਹ ਟਿਊਨ ਕਰਾ ਦਿਓ, ਹਮ ਰੁਲਤੇ ਫਿਰਤੇ ਕੋਈ ਬਾਤ ਨਾ। ਇਹ ਬੜੀ ਔਖੀ ਟਿਊਨ ਸੀ, ਜਿਹਨੂੰ 20-25 ਸ਼ਬਦ ਆ ਜਾਣ ਉਹਨੂੰ ਆਉਂਦੀ ਸੀ, ਉਹ ਬੱਚੀ ਟ੍ਰੇਨਡ ਸੀ। ਮੈਨੂੰ ਕਹਿੰਦੀ ਇਹ ਕਰਾਓ, ਇਹ ਭਾਈ ਪ੍ਰੇਮ ਸਿੰਘ ਦੀ ਟਿਊਨ ਸੀ, ਜਿਹੜੇ ਚੋਲਾ ਬਦਲ ਗਏ ਇਸ ਵੱਲੇ। ਬੜੀ ਔਖੀ ਸੀ, ਥੱਲੋਂ ਤਾਂ ਜਾਂਦੀ ਸੀ, ਉੱਤੋਂ ਥੱਲੇ ਆਉਂਦੀ। ਉਹ ਬੱਚੀ ਨੇ ਮੈਨੂੰ ਕਿਹਾ ਮੈਨੂੰ ਇਹ ਟਿਊਨ ਕਰਾ ਦਿਓ, ਹਮ ਰੁਲਤੇ ਫਿਰਤੇ। ਮੇਰੇ ਕੋਲ 17-18 ਬੱਚੇ ਬੈਠੇ ਸੀ, ਤੇ ਇੱਕ ਹੋਰ ਕੁੜੀ ਕੋਲ ਖੜੀ ਸੀ, ਤੇ ਉਹਨੂੰ ਮੈਂ ਆਵਾਜ਼ ਮਾਰੀ, ਮੈਂ ਕਿਹਾ ਬੇਟਾ ਤੈਨੂੰ ਇਹ ਟਿਊਨ ਆਉਂਦੀ ਹੈ ਭਾਈ ਪ੍ਰੇਮ ਸਿੰਘ ਜੀ ਵਾਲੀ, ਹਮ ਰੁਲਤੇ ਫਿਰਤੇ ਕੋਈ ਬਾਤ ਨਾ? ਕਹਿੰਦੀ ਆਉਂਦੀ ਹੈ। ਮੈਂ ਕਿਹਾ ਵਾਜਾ ਲੈ ਲੈ ਤੇ ਇਹਨੂੰ ਸਿਖਾ ਦੇ, ਵਾਜਾ ਲੈ ਲੈ ਤੇ ਕੁੜੀ ਨੂੰ ਨੁੱਕਰ 'ਚ ਲੈ ਜਾ ਤੇ ਸਿਖਾ ਦੇ, ਜਿਹਨੂੰ ਮੈਂ ਕਿਹਾ ਨਾ ਸਿਖਾ ਦੇ। ਕਹਿੰਦੀ ਮੈਂ ਨਹੀਂ ਸਿਖਾਉਣੀ, ਆਖੋ ਸਾਥ ਨਾਲ। ਹੁਣ ਇਹ ਦੂਜਾ ਜੇ ਬਰਾਬਰ ਨਾਲ ਈਰਖਾ ਗੱਜ ਕੇ ਆਖੋ ਸਾਥ। ਮੈਨੂੰ ਕਹਿੰਦੀ ਮੈਂ ਨਹੀਂ ਸਿਖਾਉਣੀ, ਮੈਂ ਹੱਕਾ ਬੱਕਾ ਜਿਹਾ ਹੋ ਗਿਆ। ਮੈਂ ਕਿਹਾ ਕਿਉਂ ਨਹੀਂ ਸਿਖਾਉਣੀ? ਕਹਿੰਦੀ ਤੁਹਾਨੂੰ ਨਹੀਂ ਪਤਾ। ਮੈਂ ਕਹਿੰਦੀ ਮੈਨੂੰ ਨਹੀਂ ਪਤਾ ਵੀ ਇੱਕ ਦੂਜੇ ਨੂੰ ਗੁਣ ਵੰਡਣੇ ਚਾਹੀਦੇ, ਤੂੰ ਕਿਉਂ ਨਹੀਂ ਸਿਖਾਉਣੀ? ਕਹਿੰਦੀ ਵੀਰ ਜੀ ਇਹਨੂੰ ਮੈਂ ਤਾਂ ਨਹੀਂ ਸਿਖਾਉਣੀ, ਇਹਦਾ ਤਾਂ ਮੇਰਾ ਸਕੂਲ ਵੀ ਇੱਕੋ ਹੀ ਹੈ ਅਤੇ ਕਲਾਸ ਵੀ ਇੱਕੋ ਹੀ ਹੈ, ਜੇ ਇਹਨੂੰ ਮੈਂ ਟਿਊਨ ਸਿਖਾਤੀ ਤਾਂ ਮੇਰੀ ਕਲਾਸ ਵਿੱਚ ਓਨੀ ਬੁੱਕਤ ਨਹੀਂ ਰਹਿਣੀ ਜਿੰਨੀ ਪਹਿਲੇ। ਆਖੋ ਸਾਥ ਨਾਲ, ਇਹ ਸਮਝਦੇ ਹੋ ਨਾ? ਹੁਣ ਮਹਾਰਾਜ ਕਹਿੰਦੇ ਬਰਾਬਰ ਵਾਲੇ ਨਾਲ ਈਰਖਾ ਆਵੇ ਦੂਜਾ ਵਿਆਹ ਕਰਾ ਲਓ ਮੈਤਰੀ। ਮੈਂ ਵਿਆਹ ਕਰਾਇਆ ਮੈਤਰੀ ਨਾਲ, ਮੈਤਰੀ ਕੀ? ਬਰਾਬਰ ਵਾਲੇ ਨਾਲ ਮਿੱਤਰਤਾ, ਕਹਿ ਦਿਓ ਗੱਜ ਕੇ ਸਤਨਾ। ਹੁਣ ਤੁਸੀਂ ਧਿਆਨ ਰੱਖਿਓ, ਹਾਂਜੀ, ਤਿਸ ਗੁਰ ਕੋ ਦਾਸ ਹੈ ਜਿਨ ਹਰ ਸੋਤੀ ਪਾਈ, ਤਿਸ ਗੁਰ ਕੋ ਸਾਸ ਹੈ ਜਿਨ ਹਰ ਸੋਤੀ ਪਾਈ। ਇੱਕ ਹੁੰਦੇ ਜ਼ਿੰਦਗੀ ਚ ਤੁਹਾਡੇ ਤੋਂ ਉੱਚੇ, ਤੁਹਾਡੇ ਤੋਂ ਵੱਡੇ ਮਿਲਦੇ ਤੁਹਾਨੂੰ, ਇਹ ਬੜੀ ਗੱਲ ਨੋਟ ਕਰਨ ਵਾਲੀ। ਜਿਹੜੇ ਤੁਹਾਡੇ ਤੋਂ ਉੱਚੇ ਹੋਣ, ਵੱਡੇ ਹੋਣ, ਮਹਾਰਾਜ ਕਹਿੰਦੇ ਉਦੋਂ ਤੀਜੀ ਵੋਟੀ ਮਨ ਦੀ। ਹੁਣ ਪਹਿਲੀ ਨਾ ਭੁੱਲਿਓ ਕਰਨਾ, ਦੂਜੀ ਮੈਤਰੀ, ਤੀਸਰੇ ਦਾ ਨਾਂ ਦੱਸਿਆ ਮੁਦਤਾ। ਮੁਦਤਾ ਕਿ ਆਪਣੇ ਤੋਂ ਵੱਡੇ ਨੂੰ ਵੇਖ ਕੇ ਸ਼ੁਕਰਾਨਾ ਕਰਨਾ ਤੇ ਖੁਸ਼ ਹੋਣਾ, ਅੱਜ ਮੈਨੂੰ ਹੋਰ ਗੁਣਾਂ ਵਾਲੇ ਦੇ ਦਰਸ਼ਨ ਹੋਏ ਨੇ। ਆਖੋ ਸਤਨਾਮ। ਆ ਨਹੀਂ ਲਿਆਉਣਾ ਇਹ ਅੱਗੇ ਕਿਉਂਕਿ ਆਪਣੇ ਤੋਂ ਅੱਗੇ ਵਾਲੇ ਨਾਲ ਮੁਦਤਾ, ਸ਼ੁਕਰਾਨਾ, ਖੁਸ਼ੀ ਦੇਖ ਕੇ ਖੁਸ਼ੀ। ਹੁਣ ਇਹਦੇ ਤੇ ਮੈਂ ਘੱਟ ਤੋਂ ਘੱਟ 20 ਮਿੰਟ ਲਾਵਾਂ, ਗੱਲ ਦਾ ਨਿਚੋੜ ਫਿਰ ਨਿਕਲਦਾ, ਪਰ ਹੁਣ ਸਮਾਂ ਨਹੀਂ। ਕਿਰਪਾ ਕਰਿਓ, ਅੱਜ ਮੈਂ ਇੱਕ ਕਿਰਿਆ ਤੋਂ ਆਇਆ, ਅੱਜ ਕਿਰਿਆ ਸੀ ਰਣਜੀਤ ਐਵਨਿਊ ਤੁਹਾਡੇ 12 ਦੇ ਵਿੱਚ ਗਿਆ ਤੇ ਮੈਂ ਕਿਰਿਆ ਉੱਥੇ 8-9 ਸਿੰਘ ਸਾਹਿਬਾਂ ਦੇ ਦਰਸ਼ਨ ਹੋ ਗਏ। ਆਪਾਂ 8-9
ਤਖਤਾਂ ਦੇ ਵੀ, ਗੁਰੂ ਰਾਮਦਾਸ ਦੇ ਵੀ, ਤੇ ਉਸ ਕਿਰਿਆ ਤੇ ਨੌ ਦਸ ਮਹਾਂਪੁਰਸ਼ ਸੰਪਰਦਾਵਾਂ ਦੇ ਉਹਨਾਂ ਦੇ ਵੀ ਦਰਸ਼ਨ ਆਖੋ ਸਾਹਿਬ। ਹੁਣ ਇਹਨੂੰ ਕੀ ਕਹਾਂਗੇ, ਸਾਰੇ ਸਾਡੇ ਤੋਂ ਉੱਚੀਆਂ ਬਖਸ਼ੀਆਂ ਰੂਹਾਂ, ਇਹੋ ਜਿਹੇ ਵੇਲੇ ਮਾਣ ਦੇਣਾ ਉਹਨਾਂ ਨੂੰ, ਵਡਿਆਈ ਸਿੱਖੀਏ। ਆਪਣੇ ਆਪ ਸ਼ੁਕਰਾਨਾ ਕਰਨਾ, ਇੱਕ ਸਿੰਘ ਸਾਹਿਬ ਨੂੰ ਮਿਲਣਾ ਹੋਵੇ, ਕਈ ਵਾਰੀ ਮਿਲਦੇ ਨਹੀਂ ਗਏ ਨੇ, ਕਈ ਵਾਰੀ ਡਿਊਟੀ ਤੇ ਹੈ, ਕਈ ਵਾਰੀ ਆਰਾਮ ਚ ਹੈ, ਇੱਕ ਮਹਾਂਪੁਰਸ਼ ਨੂੰ ਮਿਲਣਾ ਹੋਵੇ, ਮੈਂ ਕਿਹਾ ਅੱਜ ਕਿਰਿਆ ਤੇ ਨਹੀਂ ਆਏ ਮੇਰੇ ਵੱਡੇ ਭਾਗ, ਅੱਜ ਕਿੰਨੀਆਂ ਰੂਹਾਂ ਉੱਚੀਆਂ ਦੇ ਦਰਸ਼ਨ ਹੋ ਗਏ। ਆਖੋ ਸਾਹਿਬ, ਇਹ ਤੀਜਾ ਸੁਭਾਅ ਮਹਾਰਾਜ ਕਹਿੰਦੇ ਮਨ ਦਾ ਰੱਖੋ, ਮੁੱਦਤਾ ਨਾਲ ਵਿਆਹ ਕਰਾਓ, ਆਪਣੇ ਤੋਂ ਵੱਡੇ ਮਿਲਣ ਤੇ ਸ਼ੁਕਰਾਨਾ ਕਰੋ। ਆਖੋ ਸਾਹਿਬ, ਤੇ ਚੌਥਾ ਇਹ ਵੀ ਬੜਾ ਸੋਹਣਾ ਨਾਲ ਹੈ ਜੀ, ਮਹਾਰਾਜ ਕਹਿੰਦੇ ਇਹ ਮੇਰੇ ਨਾਲ ਬੀਤੀ ਹੈ ਜਿਹੜੀ ਚੌਥੀ ਹੈ, ਕਈਆਂ ਦਾ ਤੁਸੀਂ ਭਲਾ ਕੀਤਾ ਹੁੰਦਾ ਪਰ ਉਹ ਤਾਂ ਵੀ ਤੁਹਾਡੇ ਦੁਸ਼ਮਣ ਬਣ ਜਾਂਦੇ। ਗੁਰੂ ਅਰਜਨ ਦੇਵ ਦੇ ਬਚਨ ਨੇ, ਕਈਆਂ ਦਾ ਤੁਸੀਂ ਭਲਾ ਕੀਤਾ ਹੁੰਦਾ, ਔਖੇ ਵੇਲੇ ਨੂੰ ਲੱਖ ਦਿੱਤਾ ਹੁੰਦਾ, 2 ਲੱਖ ਦਿੱਤਾ ਹੁੰਦਾ, ਜਾਂ ਕੋਈ ਉਹਦੀ ਮਦਦ ਕੀਤੀ ਹੁੰਦੀ, ਪਰ ਉਹਨਾਂ ਦੇ ਅੰਦਰ ਇੰਨਾ ਕਲਯੁਗ ਆਉਂਦਾ ਵੀ ਤੁਹਾਡੇ ਨਾਲ ਦੁਸ਼ਮਣੀ ਪੈਦਾ ਕਰ, ਇਹਨਾਂ ਨਾਲ ਕਿਵੇਂ ਵਰਤਣਾ। ਇਹ ਮਹਾਰਾਜ ਨੇ ਚੌਥਾ ਵਿਆਹ ਦੱਸ ਕੇ ਨਾ, ਤੇ ਫਿਰ ਆਪਾਂ ਸਮਾਪਤੀ ਹੈ। ਤਿਸ ਗੁਰ ਕੋ ਸਬਾਸ ਹੈ, ਤਿਸ ਗੁਰ ਕੋ ਸਬਾਸ ਹੈ, ਜਿਨ ਹਰ ਸੋ ਜੀ ਪਾਈ। ਬੋਲੋ ਇਸ ਚੌਥਾ ਭੁੱਲਿਓ ਨਾ ਜੀ, ਪਹਿਲੀ ਕਰਨਾ, ਚਾਰ ਵਿਆਹ ਕਰਾ ਲਓ ਮਹਾਰਾਜ ਕਹਿੰਦੇ, ਪਹਿਲਾ ਕਰਨਾ ਨਾਲ ਆਪਣੇ ਤੋਂ ਨੀਵਾਂ ਤੇ ਕਰਨਾ, ਦੂਜਾ ਮੈਤਰੀ ਬਰਬਰ ਵਾਲੇ ਨਾਲ ਮੈਤਰੀ ਵਰਤੋ, ਤੀਜਾ ਆਪਣੇ ਤੋਂ ਗੁਣਾਂ ਦੇ ਦਰਸ਼ਨ ਹੋਣ ਤੇ ਮੁੱਦਤਾ ਸ਼ੁਕਰਾਨਾ, ਤੇ ਚੌਥਾ ਉਹਨਾਂ ਨੇ ਲਿਖਿਆ ਜੀ ਉਪੀਖਿਆ, ਊੜੇ ਨਾਲ ਉਪੀਖਿਆ। ਚੌਥਾ ਵਿਆਹ ਕਰਾ ਲਓ ਪੀਖਿਆ, ਉਹ ਕੀ ਜਿਹਦਾ ਤੁਸੀਂ ਭਲਾ ਕੀਤਾ, ਮਾਂ ਬੜੀ ਉਹਦੀ ਮੱਤ ਇੰਨੀ ਹੋ ਗਈ ਕਿ ਤੁਹਾਡਾ ਦੁਸ਼ਮਣ ਬਣ ਗਿਆ ਜਾਂ ਤੁਹਾਡੇ ਨਾਲ ਵੈਰ ਵਿਰੋਧ ਰੱਖਦਾ, ਇਹੋ ਜਿਹੇ ਬੰਦੇ ਨਾਲ ਕਿਵੇਂ ਵਰਤੋ। ਮਹਾਰਾਜ ਕਹਿੰਦੇ ਉਪੀਖਿਆ, ਉਪੀਖਿਆ ਦਾ ਅਰਥ ਓਪਰਾਪਨ, ਇਹੋ ਜਿਹੇ ਬੰਦੇ ਨਾਲ ਨਾ ਵੈਰ ਰੱਖੋ, ਨਾ ਵਿਰੋਧ ਰੱਖੋ, ਨਾ ਮਿੱਤਰਤਾ ਰੱਖੋ, ਜੇ ਉਹ ਤੁਹਾਡਾ ਭਲਾ ਕੀਤਾ ਵੀ ਤਾਂ ਵੀ ਦੁਸ਼ਮਣੀ ਕਰ ਰਿਹਾ।
ਉਹ ਪੀਖਿਆ ਓਪਰਾਪਣ ਕੀ ਇਹ ਮਹਾਰਾਜ ਵੇਰਵਾ ਦਿੱਤਾ। ਤੁਸੀਂ ਹੁਣ ਮੰਨ ਲਓ ਬਾਜ਼ਾਰ 'ਚ ਜਾ ਰਹੇ ਹੋ, ਬੜੀ ਗੱਲ ਨੋਟ ਕਰਿਓ ਨਾਲ ਹੀ ਸਮਾਪਤੀ, ਤੇ ਜਦੋਂ ਬਾਜ਼ਾਰ 'ਚ ਜਾ ਰਹੇ ਹੋ ਨਾ, ਕਿੰਨੇ ਓਪਰੇ ਬੰਦੇ ਤੁਹਾਡੇ ਆਸੇ ਪਾਸਿਓਂ ਲੰਘਦੇ ਦੱਸੋ, ਤੁਹਾਡੇ ਵਾਕਫ ਨਹੀਂ, ਉਹਨਾਂ ਬਾਰੇ ਸੋਚਦੇ ਹੋ ਕੋਈ, ਉਹਨਾਂ ਬਾਰੇ ਕੋਈ ਰੱਖਦੇ ਹੋ ਈਰਖਾ ਕੋਈ ਵਿਚਾਰ? ਮਹਾਰਾਜ ਕਹਿੰਦੇ ਬਸ ਇਤਨਾ ਉਪੇਖਿਆ ਓਪਰਾਪਨ, ਜਿਵੇਂ ਕਈ ਤੁਹਾਡੇ ਵਾਕਫ ਹੀ ਨਹੀਂ, ਬਾਜ਼ਾਰ 'ਚੋਂ ਲੰਘ ਰਹੇ ਹੋ, ਤੇ ਕਿਤਨੇ ਜਿਹੜੇ ਹੋਰ ਦੁਨੀਆਂ ਵੀ ਲੰਘ ਰਹੀ ਹੈ, ਇਤਨਾ ਹੀ ਸਮਝੋ ਜਿਵੇਂ ਹੋਰ ਦੁਨੀਆਂ ਲੰਘ ਰਹੀ ਹੈ, ਉਹਦੇ ਨਾਲ ਇੰਜ ਓਪਰੇਪਨ ਦੇ ਨਾਲ ਜ਼ਿੰਦਗੀ ਕੱਟ ਲਓ, ਤਾਂ ਕਿ ਸਾਡਾ ਵੈਰ ਵਿਰੋਧ ਵੀ ਨਾ ਆਵੇ, ਅੰਦਰ ਕਲਪਨਾ ਵੀ ਨਾ ਆਵੇ। ਇਹ ਚੌਥੇ ਬੰਦਿਆਂ ਨਾਲ ਉਪੇਖਿਆ ਵਿਆ ਓਪਰਾਪਨ ਆਖੋ ਸਤਨਾਮ, ਵੀ ਸਾਡਾ ਇਹਨਾਂ ਨਾਲ ਕੋਈ ਵਾਸਤਾ ਹੀ ਨਹੀਂ ਸੀ, ਵਾਹਿਗੁਰੂ ਦੀ ਕੁਦਰਤ 'ਚ ਆਏ ਨੇ, ਆਪੇ ਕੁਦਰਤ ਚਲੇ ਜਾਣਗੇ, ਉਹ ਜਾਣੇ। ਇਹ ਗੁਰੂ ਅਰਜਨ ਦੇਵ ਜੀ ਨੇ ਜਦੋਂ ਆਗਰੇ ਦੀ ਸੰਗਤ ਨੂੰ ਇਹ ਝੋਲੀ ਭਰੀ, ਤੇ ਸੱਚੇ ਪਾਤਸ਼ਾਹ ਨਾਲ ਉਹਨਾਂ ਦੇ ਚਰਨਾਂ 'ਚੋਂ ਧੰਨ ਧੰਨ ਕਹਿਣ, ਮਹਾਰਾਜ ਧੰਨੋ ਤੁਸੀਂ ਜਿਹੜੀ ਐਡੀ ਕਿਰਪਾ ਕੀਤੀ ਹੈ। ਤੇ ਸੰਗਤ ਜੀ, ਇਹ ਸੈਡ ਵਾਜੇ 'ਤੇ ਬੈਠਾ ਬੱਚਾ, ਅਸੀਸ ਦੇਣਾ ਬਹੁਤ ਖੁਸ਼ੀ, ਘੱਟ ਤੋਂ ਘੱਟ 20-25 ਜਥੇ ਅੰਮ੍ਰਿਤਸਰ ਦੀਆਂ ਬੀਬੀਆਂ ਦੇ, ਉਹ ਸਾਰਿਆਂ ਇਲਾਕਿਆਂ ਜਾ ਕੇ ਸਮਾਗਮ ਕਰਨੇ, ਅੱਜ ਖੀਰਲਾ ਲੜੀ ਦਾ ਪ੍ਰੋਗਰਾਮ ਇੱਥੇ, ਅੱਜ ਸਾਰੀਆਂ ਮਾਤਾਵਾਂ ਨੇ ਜਦੋਂ ਚਰਨ ਪਾਏ ਇੱਥੇ 2:30 ਵਜੇ, ਅਤੇ 4:30 ਤੱਕ ਪਾਠ ਸੁਮਨੀ ਸਾਹਿਬ ਸਾਰੇ ਹੋਏ, ਮੈਨੂੰ ਬੜੀ ਖੁਸ਼ੀ ਹੋਈ, ਕਿੰਨੀਆਂ ਮਾਤਾਵਾਂ ਭੈਣਾਂ ਉਹਨਾਂ ਦੇ ਚਰਨ ਪੈ ਗਏ ਇੱਥੇ। ਤੁਹਾਨੂੰ ਸਾਰੀ ਸੰਗਤ ਨੂੰ, ਭਾਈ ਤੇਜਪਾਲ ਸਿੰਘ ਜੀ ਵੱਲੋਂ, ਜੀਆਂ ਨੂੰ, ਦੂਜਾ ਅੱਜ ਦੇ ਪ੍ਰੋਗਰਾਮ ਦਾ ਸਾਰਾ ਜਿਹੜਾ ਪ੍ਰਬੰਧ ਹੈ ਉਹ ਸਲਵਿੰਦਰ ਸਿੰਘ ਜੀ, ਜਿਹੜੇ ਸਰਕਾਰੀ ਨੌਕਰੀ ਪੁਲਿਸ ਦੇ ਮਹਿਕਮੇ 'ਚ, ਪਰ ਗੁਰੂ ਘਰ ਨਾਲ ਅਥਾਹ ਪਿਆਰ ਹੈ, ਵੋਟੀ ਦਾ ਵੀ, ਬੱਚਿਆਂ ਦਾ ਵੀ, ਅਤੇ ਬੱਚਾ ਉਹਨਾਂ ਦਾ ਕਨੇਡਾ ਜਾ ਰਿਹਾ, ਅਤੇ ਅੱਜ ਦਾ ਪ੍ਰੋਗਰਾਮ ਉਹਨਾਂ ਨੇ ਵੀ ਸਾਰਾ ਪ੍ਰਬੰਧ ਆਪਣੀ ਝੋਲੀ 'ਚ ਪਵਾਇਆ, ਬੱਚੇ ਦੀ ਅਰਦਾਸ ਕਰਨ ਲਈ ਸੱਚੇ ਪਾਤਸ਼ਾਹ ਕਨੇਡਾ ਵਿੱਚ ਅੰਗ ਸੰਗ ਰਹਿਣਾ, ਮੇਰਾ ਭਰੇ ਹੱਥ ਰੱਖਣਾ, ਅਤੇ ਜਿਹੜਾ 4:15 ਵਜੇ ਪ੍ਰਸ਼ਾਦ ਵੰਡਿਆ ਗਿਆ ਘੁੰਗੜੀਆਂ ਅਤੇ ਕੜਾ, ਉਹ ਰਾਣਾ ਵੀਰ ਜੀ ਦੇ ਪਰਿਵਾਰ ਵੱਲੋਂ ਵੀ ਜਨਮ ਦਿਨ, ਅਤੇ ਹੋਰ ਜਿਹੜੀ ਲੰਗਰਾਂ ਦੀ ਕੋਈ ਸੇਵਾ ਉਹ ਕਨੇਡਾ ਦੇ ਪਰਿਵਾਰ ਵੱਲੋਂ ਹੈ, ਜਗਜੀਤ ਸਿੰਘ ਜੀ ਉਹਨਾਂ ਨੇ ਹਾਜ਼ਰੀਆਂ, ਬਾਕੀ ਜਿਹੜੇ ਬਟਾਲੇ ਦੇ ਕੋਲ ਭਲਾਈ ਕੇਂਦਰ ਸਰਵਾਲੀ, ਉੱਥੇ ਪਿਛਲੀ ਵਾਰੀ ਕਾਫੀ ਸੰਗਤ ਨੇ ਪਿਆਰ ਬਖਸ਼ਿਆ, ਵਾਜਿਆਂ ਤਬਲਿਆਂ ਦੀ ਸੇਵਾ ਦੀ ਬੇਨਤੀ ਕੀਤੀ ਸੀ, ਅਤੇ ਕਿਉਂਕਿ ਉੱਥੇ 150 ਬੱਚਾ ਸਿੱਖ ਰਿਹਾ ਜੀ, ਉਹ ਫਿਰ ਗਿਣਤੀ ਬਹੁਤ, ਬੱਚਿਆਂ ਬਹੁਤ ਉਤਸ਼ਾਹ ਉਹਨਾਂ ਪਿੰਡਾਂ ਵਿੱਚ। ਇਹ ਸਰਵਾਲੀ, ਬਿਜਲੀਵਾਲ, ਦਾਲਮ, ਬਟਾਲੇ ਦੇ ਕੋਲ ਸਾਡੇ ਮਾਤਾ ਸੁਲੱਖਣੀ ਦਾ ਪੇਕਾ ਘਰ, ਆਖੋ ਸਤਨਾਮ, ਅਤੇ ਜਿਹੜੇ ਕਰ ਰਹੇ ਨੇ ਸੇਵਾ ਉਹਨਾਂ ਦਾ ਵੀ ਧੰਨਵਾਦ, ਜਿਨ੍ਹਾਂ ਨੇ ਕਰ ਲਈ ਉਹਨਾਂ ਦਾ ਵੀ ਧੰਨਵਾਦ ਸਟੇਜ ਵੱਲੋਂ। ਮਹਾਰਾਜ ਤੁਹਾਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਬਖਸ਼ਣ, ਤੁਸੀਂ ਇਹਨੂੰ ਦੂਜਾ ਰੂਪ ਨਾ ਸਮਝਿਓ, ਸਿਰਫ ਥੋੜ੍ਹਾ ਇਸ਼ਾਰਾ ਹੀ ਦੇਣਾ ਹੁੰਦਾ ਬਸ, ਕਈਆਂ ਕੋਲ ਬੜਾ ਕਿਰਪਾ ਹੁੰਦੀ ਹੈ। ਅਤੇ ਹੁਣ ਮੈਂ ਤੁਹਾਨੂੰ ਇਹ ਦੱਸ ਦਿਆਂ ਵੀ 16 ਜੁਲਾਈ ਹੈ ਨਾ ਭਾਈ ਤਾਰੂ ਸਿੰਘ ਜੀ ਸ਼ਹੀਦੀ ਦਿਹਾੜਾ, 16 ਜੁਲਾਈ ਨੂੰ ਦਿਹਾੜਾ ਆ ਰਿਹਾ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ। ਉਹ ਉਹਨਾਂ ਦੇ ਜਿਹੜੀ ਅਸਥਾਨ ਦੀ ਸੇਵਾ ਤੁਹਾਡੀ ਝੋਲੀ 'ਚ ਪਈ ਹੋਈ, ਆਖੋ ਸਤਨਾਮ, ਪੂਰਲਾ ਸਾਹਿਬ ਭਾਈ ਤਾਰੂ ਸਿੰਘ ਜੀ ਦਾ ਜਿਹੜਾ ਜਨਮ ਅਸਥਾਨ ਅਤੇ ਭਗਤੀ ਅਸਥਾਨ,
ਤੇ ਉਹ ਅਸਥਾਨ ਦੀ ਸਾਰੀ ਕਾਰ ਸੇਵਾ ਬੀਬੀ ਕੋਲਾਂ ਭਲਾਈ ਕੇਂਦਰ ਦੀ ਝੋਲੀ ਚ, ਉਸ ਅਸਥਾਨ ਤੇ ਨਿਸ਼ਾਨ ਸਾਹਿਬ ਨੂੰ ਪੱਥਰ ਲੱਗਣਾ, ਪੱਥਰ ਲੱਗਣਾ ਜਿਹੜਾ ਵਾਈਟ ਮੁਕਰਾਣੇ ਦਾ ਵਾਈਟ ਪੱਥਰ ਹੈ, ਕੋਈ 300-400 ਰੁਪਏ ਫੁੱਟ ਹੁੰਦਾ, ਮਤਲਬ ਕੋਈ 1.5 ਲੱਖ ਦਾ ਖਰਚਾ ਹੈ। ਨਿਸ਼ਾਨ ਸਾਹਿਬ ਨੂੰ ਪੱਥਰ ਲੱਗਣਾ ਚਿੱਟਾ, ਪੌਣੀ ਇੰਚ ਦਾ ਵੀ, ਇੰਚ ਦਾ ਵੀ, 1.5 ਇੰਚ ਦਾ, ਉਹਦੇ ਵਿੱਚ ਕਢਾਈ ਹੋਣੀ ਸਾਰੀ। ਮਨ ਦੀ ਰੀਝ ਹੈ, 16 ਜੁਲਾਈ ਨੂੰ ਦਿਹਾੜਾ ਤੇ 15 ਜੁਲਾਈ ਨੂੰ ਅਸੀਂ ਮਨਾ ਰਹੇ ਹਾਂ ਪੂਲਾ ਸਾਹਿਬ ਜਿੱਥੇ ਕਾਰ ਸੇਵਾ ਮਿਲੀ। 16 ਨੂੰ ਸਾਰਾ ਸ਼੍ਰੋਮਣੀ ਕਮੇਟੀ ਵੱਲੋਂ ਉੱਥੇ ਪ੍ਰੋਗਰਾਮ ਹੈ, ਲੋਕਲ ਕਮੇਟੀ ਵੱਲੋਂ, ਅਸੀਂ 15 ਨੂੰ ਚੁਪਹਿਰਾ ਰੱਖਿਆ ਉੱਥੇ ਜੁਲਾਈ ਨੂੰ। ਤੇ ਮਨ ਦੀ ਰੀਝ ਹੈ, ਉਹਦੇ ਤੋਂ ਪਹਿਲੇ ਸਾਰਾ ਨਿਸ਼ਾਨ ਸਾਹਿਬ ਦਾ ਜਿਹੜਾ ਥੜਾ ਦੂਜਾ ਤੇ ਬਣਿਆ ਇੱਟਾਂ ਦਾ, ਉੱਤੇ ਪੱਥਰ ਦਾ ਤਿਆਰ ਹੋ ਜੇ। ਤੇ ਮੇਰੀ ਅਨਾਊਂਸਮੈਂਟ ਬਾਹਰ ਵੀ ਜਾ ਰਹੀ ਹੈ, ਆ ਬੱਚਾ ਜਿਹੜਾ ਬੈਠਾ ਮੈਨੂੰ ਸਿਵਲ ਸਲਾਹ ਦੇ ਰਾਹੀਂ, ਤੇ ਉਹ ਕਿਸੇ ਦੇ ਮਨ 'ਚ ਪ੍ਰੇਰਨਾ ਆਵੇ ਨਿਸ਼ਾਨ ਸਾਹਿਬ ਕੋਲ, ਭਾਈ ਤਾਰੂ ਸਿੰਘ ਜੀ ਦਾ ਵੱਡਾ ਸਥਾਨ ਹੈ, ਉਹਨਾਂ ਦਾ ਕੇਸ ਕਟਾ ਤੇ ਕੋਪਰੀ ਲਵਾ ਤੀ ਤੇ ਕੇਸ ਨਹੀਂ ਕਟਾਏ, ਆਖੋ ਸਤਨਾਮ, ਖੋਪੜੀ ਕੇਸਾਂ ਸਮੇਤ ਲਵਾ ਤੀ। ਤੇ ਉਹਨਾਂ ਦਾ ਜਿਹੜਾ ਜਨਮ ਤੇ ਭਗਤੀ ਅਸਥਾਨ, ਉਹਦੀ ਕਾਰ ਸੇਵਾ ਉਹਨਾਂ ਨੇ ਝੋਲੀ 'ਚ ਪਾਈ ਹੈ। ਕੋਈ ਨਿਸ਼ਾਨ ਸਾਹਿਬ ਦੇ ਪੱਥਰ ਦੀ ਸੇਵਾ ਇਹ ਆਪਣੀ ਝੋਲੀ 'ਚ ਪਵਾਉਣਾ ਚਾਹੇ ਤੇ ਬੇਸ਼ੱਕ ਸਾਨੂੰ ਸਾਰਾ ਫੋਨ 98-765-25-29-20 ਲਾ ਲਓ, 29 ਲਾ ਲਓ, 15 ਲਾ ਲਓ, 09 ਲਾ ਲਓ, ਇਹ ਦੱਸ ਦੇਣਾ ਜੀ। ਇੱਕ 22,000 ਦੀ ਸੇਵਾ ਕੀਰਤਨ ਦੀ, ਕੀਰਤਨ ਦੀ ਅਸੀਂ ਬੋਲਦੇ ਹਾਂ, ਭਾਈ ਜਸਵਿੰਦਰ ਸਿੰਘ ਜੀ ਜਿਹੜੇ ਹੈ ਵੀਰਵਾਰ ਦਾ ਪ੍ਰੋਗਰਾਮ ਨੂੰ ਸਾਰਾ ਕਰਦੇ ਹੈ। ਅਤੇ 1 ਲੱਖ ਦੀ ਸੇਵਾ ਲਿਟਲ ਭਾਜੀ ਕੀਰਤਨ ਦੀ ਸੇਵਾ ਉਹਨਾਂ ਵੱਲੋਂ, ਇਹਨਾਂ ਦੋਵਾਂ ਦਾ ਚਕਾਰਾ ਦੇ ਦਿਓ ਪਿਆਰ ਦੇ ਨਾਲ। ਅਰਦਾਸ ਕਰਿਓ ਸੱਚੇ ਪਾਤਸ਼ਾਹ ਕਿਰਪਾ ਕਰਨ। ਹੁਣ ਮੈਂ ਬੇਨਤੀ ਕਰਾਂਗਾ ਭਾਈ ਜਸਵਿੰਦਰ ਸਿੰਘ ਜੀ ਨੂੰ, ਹੁਣ ਅਗਲੇ ਵੀਰਵਾਰ ਤੋਂ ਲੜੀਵਾਰ ਪ੍ਰਕਰਨ ਚੱਲੇਗਾ, ਛੋਟੀ ਉਮਰੇ ਪੁੱਗੀਆਂ ਰੂਹਾਂ। ਅੱਜ ਫਿਰ ਸਾਰੀਆਂ ਲੜੀਆਂ ਦੇ ਪ੍ਰੋਗਰਾਮ ਸੀ ਗੁਰੂ ਅਰਜਨ ਦੇਵ ਮਹਾਰਾਜ ਦੇ, ਅਤੇ ਕਿੱਦਣ ਪਿਆਰ ਨਾਲ ਬੈਠੋਗੇ ਨਾ, ਤੁਹਾਡੇ ਅੰਦਰੋਂ ਨਿਕਲੇਗਾ ਗੁਰੂ ਅਰਜਨ ਦੇਵ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ, ਆਖੋ ਸਤਨਾਮ। ਜਿਹੜੀਆਂ ਸੰਗਤਾਂ ਨੇ ਜਪਜੀ ਸਾਹਿਬ ਦੇ ਪਾਠ ਲਿਖਾਏ ਸੀ ਉਹ ਸਾਰੀ ਅਰਦਾਸ ਹੁਣ ਸਮਾਪਤੀ ਤੇ ਹੋਣੀ ਹੈ, ਤੇ ਸੱਚੇ ਪਾਤਸ਼ਾਹ ਵਾੜ ਲਾਈ ਰੱਖਣ। ਆਓ ਹੁਣ ਪਿਆਰ ਨਾਲ ਕਹਿ ਦਿਓ ਜੀ ਸਾਰੇ ਜੀ, ਆਇਆ ਆਇਆ ਧੰਨ ਹੈ ਧੰਨ ਹੈ ਗੁਰੂ ਅਰਜਨ ਦੇਵ ਜੀ, ਅਰਜਨ ਦੇਵ ਜੀ ਧੰਨ ਹੈ, ਗੁਰੂ ਅਰਜਨ ਦੇਵ ਜੀ ਧੰਨ ਹੈ, ਅਰਜਨ ਦੇਵ ਜੀ ਧੰਨ ਹੈ, ਅਰਜਨ ਦੇਵ ਜੀ ਧੰਨ ਹੈ, ਆਹ ਧੰਨ ਹੈ ਧੰਨ ਹੈ ਧੰਨ ਹੈ, ਗੁਰੂ ਅਰਜਨ ਦੇਵ ਜੀ ਧੰਨ ਹੈ, ਧੰਨ ਹੈ ਧੰਨ ਹੈ। ਗੁਰੂ ਅਰਜਨ ਦੇਵ ਜੀ ਧੰਨ ਹੈ।